ਹੈਲੋ ਐਵਰੀਵਨ, ਵੈਲਕਮ ਟੂ ਨਿਊ ਜੋਬ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਆਈਆਂ ਹਨ ਜੀ ਭਾਰਤੀ ਹਵਾਈ ਸੈਨਾ ਦੇ ਵਿੱਚ, ਭਾਰਤੀ ਵਾਯੂ ਸੈਨਾ ਦੇ ਵਿੱਚ, ਅਗਨੀਵੀਰ ਦੀਆਂ ਅਸਾਮੀਆਂ ਨੇ, ਜਿਨ੍ਹਾਂ ਦੇ ਲਈ ਤੁਸੀਂ 17 ਜਨਵਰੀ 2024 ਤੋਂ ਲੈ ਕੇ 6 ਫਰਵਰੀ 2024 ਤੱਕ ਅਪਲਾਈ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਤੁਹਾਡਾ ਪੇਪਰ ਹੋਣਾ ਹੈ, ਪੇਪਰ ਹੋਣਾ ਜੀ 17 ਮਾਰਚ 2024 ਨੂੰ। ਇਹ ਵੈਬਸਾਈਟ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਅਪਲਾਈ ਕਰਨ ਲਈ ਤੁਹਾਡਾ ਡੇਟ ਆਫ ਬਰਥ 2 ਜਨਵਰੀ 2004 ਤੋਂ ਲੈ ਕੇ 2 ਜੁਲਾਈ 2007 ਦੇ ਵਿੱਚ ਹੋਣਾ ਚਾਹੀਦਾ, ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਤਾਂ ਪੋਸਟਾਂ ਨੂੰ ਦੋ ਭਾਗਾਂ 'ਚ ਵੰਡਿਆ ਗਿਆ, ਪਹਿਲੀਆਂ ਨੇ ਸਾਇੰਸ ਵਾਲੀਆਂ ਪੋਸਟਾਂ ਅਤੇ ਦੂਸਰੀਆਂ ਨੇ ਬਿਨਾਂ ਸਾਇੰਸ ਵਾਲੀਆਂ। ਤਾਂ ਸਾਇੰਸ ਵਾਲੀਆਂ ਪੋਸਟਾਂ ਦੇ ਵਿੱਚ ਪਲੱਸ ਟੂ ਪਾਸ ਹੋਣਾ ਲਾਜ਼ਮੀ ਹੈ, ਅਤੇ ਮੈਥ, ਫਿਜਿਕਸ, ਇੰਗਲਿਸ਼ ਹੋਣਾ ਤੁਹਾਡਾ ਲਾਜ਼ਮੀ ਹੈ ਪਾਸ, ਠੀਕ ਹੈ ਜੀ। ਅਤੇ ਇੰਗਲਿਸ਼ ਵਿੱਚੋਂ 50% ਨੰਬਰ ਚਾਹੀਦੇ ਨੇ। 3 ਸਾਲਾਂ ਦਾ ਡਿਪਲੋਮਾ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, 2 ਸਾਲਾਂ ਦਾ ਵੋਕੇਸ਼ਨਲ ਕੋਰਸ ਹੈ ਤਾਂ ਵੀ ਅਪਲਾਈ ਕਰ ਸਕਦੇ ਹੋ, ਜਾਂ ਪਲੱਸ ਟੂ ਤੁਹਾਡੀ ਸਿੰਪਲ ਆਰਟਸ ਨਾਲ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਕੰਡੀਸ਼ਨ ਕੀ ਹੈ, 50% ਨੰਬਰ ਹੋਣੇ ਲਾਜ਼ਮੀ ਨੇ ਜੀ ਤੁਹਾਡੇ, ਅਤੇ ਇੰਗਲਿਸ਼ ਵਿੱਚੋਂ ਵੀ 50% ਨੰਬਰ ਹੋਣੇ ਲਾਜ਼ਮੀ ਨੇ, ਠੀਕ ਹੈ ਜੀ। ਉਸ ਤੋਂ ਇਲਾਵਾ ਜੇ ਗੱਲ ਕਰੀਏ, ਇਹਨਾਂ ਪੋਸਟਾਂ ਦੇ ਲਈ ਫੀਸ ਰੱਖੀ ਗਈ ਹੈ 550 ਰੁਪਏ, ਠੀਕ ਹੈ ਜੀ, ਜਿਹੜੀ ਤੁਹਾਨੂੰ ਪੇ ਕਰਨੀ ਪੈਣੀ ਹੈ। ਤਾਂ ਡੈਟਸ ਆਲ ਗਾਈਜ਼, ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।